ਹੈਲੋ ਦੋਸਤੋ, ਤੁਹਾਡਾ ਸਾਡੇ ਚੈਨਲ 'ਚ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਧੰਨਵਾਦ। ਆਏ ਦਿਨ ਅਸੀਂ ਤੁਹਾਨੂੰ ਨਵੀਂ ਨੋਟੀਫਿਕੇਸ਼ਨ ਦਿੰਦੇ ਹਾਂ, ਭਾਵੇਂ ਉਹ ਕਿਸੇ ਰਿਜ਼ਲਟ ਨੂੰ ਲੈ ਕੇ ਹੋਵੇ ਜਾਂ ਫਿਰ ਕੋਈ ਟੀਚਰ ਬੇਸ ਕੋਈ ਨਿਊਜ਼ ਹੋਵੇ ਜਾਂ ਫਿਰ ਕੋਈ ਨਵੀਂ ਜੋਬ ਦੀ ਨਿਊਜ਼ ਹੋਵੇ, ਅਸੀਂ ਡੇਲੀ ਤੁਹਾਨੂੰ ਦਿੰਦੇ ਹਾਂ। ਅਤੇ ਅੱਜ ਜਿਹੜੀ ਅਸੀਂ ਤੁਹਾਡੇ ਲਈ ਨਿਊਜ਼ ਲੈ ਕੇ ਆਏ ਹਾਂ, ਇਹ ਟੀਚਰਾਂ ਦੇ ਲਈ ਇੱਕ ਵਧੀਆ ਨਿਊਜ਼ ਹੈ। ਤੁਸੀਂ ਇਹਨੂੰ ਧਿਆਨ ਨਾਲ ਸੁਣੋ ਅਤੇ ਲਾਸਟ ਤੱਕ ਸੁਣੋ ਕਿ ਇਹਦੇ ਵਿੱਚ ਹੈ ਕੀ। ਤੁਹਾਡੇ ਮੂਹਰੇ ਜਿਹੜਾ ਪੇਜ ਹੈ ਇਹਦੇ 'ਤੇ ਲਿਖਿਆ ਹੈ ਕਿ ਅਧਿਆਪਕਾਂ ਨੂੰ ਪੱਕੇ ਕਰਨ ਨੂੰ ਮੰਤਰੀ ਮੰਡਲ ਕੱਲ੍ਹ ਦੇਵੇਗਾ ਪ੍ਰਸਤਾਵ ਨੂੰ ਮਨਜ਼ੂਰੀ। ਮਤਲਬ ਜਿਹੜਾ ਅਧਿਆਪਕਾਂ ਨੂੰ ਪੱਕੇ ਕਰਨ ਦੀ ਅਧਿਆਪਕਾਂ ਵੱਲੋਂ ਜਿਹੜੀ ਮੰਗ ਸੀ ਲੰਬੇ ਸਮੇਂ ਤੋਂ ਚੱਲ ਰਹੀ ਸੀ, ਅਤੇ ਹੋ ਸਕਦਾ ਕਿ ਕੱਲ੍ਹ ਮੰਤਰੀ ਮੰਡਲ ਵੱਲੋਂ ਜਿਹੜਾ ਇਹ ਪ੍ਰਸਤਾਵ ਹੈ ਇਹਨੂੰ ਮਨਜ਼ੂਰੀ ਜਿਹੜੀ ਦੇ ਦਿੱਤੀ ਜਾਵੇ। ਪੂਰੀ ਖਬਰ ਹੈ ਤੁਹਾਡੀ ਸਕਰੀਨ 'ਤੇ ਆ ਰਹੀ ਹੈ, ਤੁਸੀਂ ਦੇਖੋ। ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ 8,886 ਅਧਿਆਪਕਾਂ ਨੂੰ ਤੋਹਫ਼ਾ ਦੇ ਸਕਦੀ ਹੈ। ਇਹ ਅਧਿਆਪਕ ਕਾਫੀ ਸਮੇਂ ਤੋਂ ਮੰਗ ਕਰ ਰਹੇ ਹੈ। ਇਸ ਨੂੰ ਲੈ ਕੇ ਪ੍ਰਸਤਾਵ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕੱਲ੍ਹ 3 ਅਕਤੂਬਰ ਨੂੰ ਹੋਣ ਵਾਲੀ ਮੰਤਰੀ ਮੰਡਲ ਦੀ ਬੈਠਕ 'ਚ ਆ ਰਿਹਾ ਹੈ, ਜਿਸ ਵਿੱਚ ਪੰਜਾਬ ਸਰਕਾਰ 8,886 ਅਧਿਆਪਕਾਂ ਨੂੰ ਪੱਕੇ ਕਰਨ ਨੂੰ ਮਨਜ਼ੂਰੀ ਦੇ ਸਕਦੀ ਹੈ। ਅਤੇ ਜਿਹੜੇ ਸੂਤਰਾਂ ਦਾ ਕਹਿਣਾ ਹੈ, ਇਹ ਅੱਗੇ ਲਿਖਿਆ ਕਿ ਤੁਸੀਂ ਦੇਖੋ ਕੀ ਲਿਖਿਆ ਕਿ ਸੂਤਰਾਂ ਦਾ ਕਹਿਣਾ ਹੈ ਕਿ ਇਸ ਨੂੰ ਲੈ ਕੇ ਸਿੱਖਿਆ ਵਿਭਾਗ ਨੇ ਪ੍ਰਸਤਾਵ ਤਿਆਰ ਕਰਕੇ ਸਰਕਾਰ ਨੂੰ ਭੇਜ ਦਿੱਤਾ ਹੈ, ਜਿਸ ਵਿੱਚ 7,356 ਰਮਸਾ ਅਧਿਆਪਕ, 1,194 ਸਰਵ ਸਿੱਖਿਆ ਅਭਿਆਨ, 220 ਸਕੂਲ ਅਧਿਆਪਕ ਅਤੇ 116 ਆਦਰਸ਼ ਸਕੂਲ ਦੇ ਅਧਿਆਪਕ ਸ਼ਾਮਲ ਹਨ। ਇਹਨਾਂ ਨੂੰ ਪੱਕੇ ਕਰਨ ਦਾ ਪ੍ਰਸਤਾਵ ਜਿਹੜਾ ਇਹ ਹੈਗਾ। ਅਤੇ ਅੱਗੇ ਲਿਖਿਆ ਕਿ ਸੂਤਰਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਪੱਕੇ ਕਰਨ ਨਾਲ ਪੰਜਾਬ ਸਰਕਾਰ 'ਤੇ 1,136 ਕਰੋੜ ਦਾ ਵਿੱਤੀ ਬੋਝ ਪਵੇਗਾ। ਇਹ ਪਹਿਲਾਂ ਮੰਤਰੀ ਮੰਡਲ 'ਚ ਆਉਣਾ ਸੀ ਪਰ ਚੋਣ ਜਾਬਤੇ ਕਾਰਨ ਨਹੀਂ ਆ ਸਕਿਆ, ਇਸ ਲਈ ਇਸ ਮੰਤਰੀ ਮੰਡਲ ਦੀ ਬੈਠਕ 'ਚ ਆ ਰਿਹਾ ਹੈ। ਇਹ ਪੂਰੀ ਜਿਹੜੀ ਟੀਚਰਾਂ ਨੂੰ ਵਧੀਆ ਨਿਊਜ਼ ਹੈ। ਜੇ ਇਹ ਜਿਹੜੇ ਰਮਸਾ ਅਧਿਆਪਕ ਹੈ ਜਾਂ ਸਰਵ ਸਿੱਖਿਆ ਵਾਲੇ ਅਧਿਆਪਕ ਹੈ, ਜੇ ਕੱਲ੍ਹ ਪੱਕੇ ਹੁੰਦੇ ਆ ਤਾਂ ਇਹਨਾਂ ਲਈ ਬਹੁਤ ਵੱਡਾ ਦਿਹਾੜਾ ਹੋਊਗਾ, ਕੱਲ੍ਹ ਦਾ ਬਹੁਤ ਵੱਡੀ ਖੁਸ਼ੀ ਦਾ ਦਿਨ ਹੋਊਗਾ। ਕੀ ਜਿਹੜਾ ਪ੍ਰਸਤਾਵ ਵੱਲੋਂ ਕੀ ਪ੍ਰਸਤਾਵ ਜਿਹੜਾ ਮਨਜ਼ੂਰ ਹੁੰਦਾ ਜਾਂ ਕਿਵੇਂ ਕੋਈ ਵੀ ਨਿਊਜ਼ ਆਈ ਉਹ ਕੱਲ੍ਹ ਅਸੀਂ ਤੁਹਾਨੂੰ ਦੇਵਾਂਗੇ, ਅਤੇ ਬਣੇ ਰਹੋ ਸਾਡੇ ਨਾਲ। ਬਹੁਤ ਬਹੁਤ ਧੰਨਵਾਦ। ਕੋਈ ਵੀ ਨਿਊਜ਼ ਆਈ ਭਾਵੇਂ ETT ਨੂੰ ਲੈ ਕੇ ਹੋਵੇ, BEd ਨੂੰ ਲੈ ਕੇ ਹੋਵੇ, ਜ਼ਰੂਰ ਦੇਵਾਂਗੇ। ਬਣੇ ਰਹੋ ਸਾਡੇ ਨਾਲ। ਧੰਨਵਾਦ।